सामने होंगे जट जगाड़ी होंगे एयरपोर्ट की एक प्रॉब्लम बहुत आती है ये ना हुआ है तो हो रही है ये पता नहीं ये सैवन जनरेशन है थोड़ी प्रॉब्लम बहुत आ रही है कट्टे जाते आपे कट्टे जाते हैं तो बाकी कर दें काम धंधा देखो जी मैं सोन सिंह रेहड़ी वाला ये पीवीसी वाले खड़ा जी मैं पीवीसी वाले जे साडे मालक बैठे आ ते इन्हां दा हाथ बन के बेनती करदा जी कोई गेड़ा ना लावे मैनू जी इन्हां ने कहता जी इत्थों 90 किलोमीटर जी ਤੇ ਗਾਹਾਂ ਜੀ 130 ਕਿਲੋਮੀਟਰ ਦੂਜਾ 30 ਕਿਲੋਮੀਟਰ ਹੋਰ ਗਾਹਾਂ ਜੀ ਗਲਤ ਗੱਲ ਆ ਇਹ ਬਹੁਤ ਵੱਡੀ ਗਲਤ ਗੱਲ ਆ ਜੀ ਇੱਕ ਜੀ ਮੈਂ ਨਾ ਨੌਜਵਾਨ ਮੁੰਡਾ ਸੀਗਾ ਨਾਲ ਮੈਂ ਉਹਨੂੰ ਲੈ ਗਿਆ ਜੀ ਜੇ ਮੈਂ ਉਹਨੂੰ ਨਾ ਲੈ ਕੇ ਜਾਂਦਾ ਜੀ ਗੱਲਬਾਤ ਤੇ ਗੱਲਬਾਤ ਹੋ ਗਈ ਜੀ ਮੈਨੂੰ ਫਰੀਦਕੋਟ ਜੀ ਵੱਜ ਗਏ ਜੀ ਮੈਨੂੰ 5 ਵੱਜ ਗਏ ਜੀ ਰਾਤ ਨੂੰ ਹਨੇਰਾ ਹੋ ਗਿਆ ਜੀ ਮੈਨੂੰ ਉੱਥੇ ਜਿਹੜਾ ਹਨੇਰਾ ਹੋ ਗਿਆ ਜੀ ਤੇ ਫਿਰ ਅਸੀਂ ਉਹ ਆ ਕੇ ਮਾਲਕ ਲੈ ਕੇ ਗਏ ਜੀ ਸਾਨੂੰ ਜੀ ਰਾਤ ਉੱਥੇ ਕੱਟਣੀ ਪਈ ਜੀ ਉਹਨਾਂ ਨੇ ਘਰੇ ਜੀ ਤੇ ਸਾਨੂੰ ਉਹਨਾਂ ਨੇ ਜੀ ਮਹਿਸ਼ਾ ਦੇ ਅੰਦਰ ਵਾੜਤਾ ਜੀ जो मेरा मुंडा इधर पास आते इधर मेरे कने आया उठ खड़े गद्दा ਇਦੋਂ ਮੈਂ ਲਾ ਮਾਤੇ ਉਧਰੋਂ ਉਹ ਮੇਰੇ ਕੰਨੇ ਉੱਠ ਖੜੇ ਹੁਣ ਮੈਂ ਇਹਨਾਂ ਖੁਸ਼ੀ ਹੋ ਕੇ ਇਹਨੂੰ ਸਾਰਾ ਪਰਤੇ ਨੂੰ ਦਿੰਦਾ ਆਉਂਦੀ ਸਾਰੀ ਕਮਾਈ ਇਹਨੂੰ ਦਿੰਦਾ ਆ ਦੇਤਾ ਤੇ ਸੀਰੀਅਸ ਨਾਲ ਲੈ ਲਓ ਇੱਕ ਸਕ੍ਰਿਪਟਡ ਦੀ ਥੈਂਕ ਯੂ ਇਹ ਪਿੰਡ ਆ ਗਿਆ ਨਾਥਪੁਰਾ ਇਹ ਆਪਣੇ ਜਿਹੜਾ ਆਪਣਾ ਤਾੜੀ ਆਪਣਾ ਉਹਦੇ ਆ ਗਏ ਮਾਸੀ ਮਾਸੀ ਤੇ ਆਪਣਾ ਆਪਾਂ ਚੱਲਿਆ ਬਾਈ ਕੀ ਉਹਨਾਂ ਦੇ ਘਰੇ ਚਾਹ ਪਾਣੀ ਪੀਣਾ ਤੇ ਕਰਦੇ ਗੱਲਾਂ ਬਾਤਾਂ ਕਿੱਥੇ ਜਾਣਾ ਤੈਨੂੰ ਆਪਾਂ ਨਾਥਪੁਰੇ ਜਾਣਾ ਇਹ ਪ੍ਰਸ਼ਾਦ ਲੈ ਕੇ ਆਏ ਵਾਹਿਗੁਰੂ ਦਾ ਤੇ ਇਹ ਵੀਰਾ ਲੰਗਰਾਂ ਦਾ ਸ਼ੌਂਕੀ ਆ ਹੱਥ ਜੋੜਤੇ ਇਹਨਾਂ ਨੂੰ ਮੈਂ ਦਿਖਾਉਂਦਾ ਨਹੀਂ ਇਹ ਤਾਂ ਗੁੱਸਾ ਕਰਦੇ ਆ ਕਿੰਨੇ ਰਹਿ ਗਏ ਹੈ ਬਾ ਠੀਕ ਹੈ ਤੇਰੇ ਖਾਤੇ 'ਚ ਲੈ ਲੈਣਾ ਤਨਖਾਹ ਤੇ ਕੱਟ ਠੀਕ ਹੈ ਇਹ ਲੈ ਜਾ ਲੈ ਵੱਧ ਲੈ ਜਾ ਤਨਖਾਹ ਤੋਂ ਲੈ ਕੱਟ ਲੂੰ ਮੈਂ ਕੋਈ ਨਾ ਤੇ ਇੱਧਰ ਸਾਡੇ ਵਿੱਚ ਪਹੁੰਚ ਕੇ ਨੇ ਪ੍ਰਭੂ ਜੀ ਪ੍ਰਭੂ ਜੀ ਪ੍ਰਭੂ ਜੀ ਤੇ ਹੋਰ ਫਿਰ ਕਾਦੇ ਕਾਦੇ ਲੰਗਰ ਸੀ ਰਾਜ ਇਹਨੂੰ ਚੱਕਰ ਆਉਣਾ ਮੈਂ ਤਾਂ ਕਦੇ ਗੱਲਾਂ ਦਾ ਲੰਗਰ ਲਾ ਸਕਦਾ ठीक है नहीं लावे भाई अपना।